ਸਰਪੰਚੀ ਚੋਣਾਂ ਦਾ ਅਖਾੜਾ ਭਖਿਆ ਹੋਇਆ ਹੈ। ਹਰ ਕੋਈ ਆਪਣੀ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਅਖਾੜੇ ਵਿੱਚ ਉਤਰ ਆਇਆ। ਉੱਥੇ ਹੀ ਪਿੰਡ ਖੁੱਡੀ ਕਲਾਂ ਤੋਂ ਸਰਪੰਚ ਦੀ ਚੋਣ ਲੜ ਰਹੇ ਬੜੇ ਸੂਝਵਾਨ ਪੜ੍ਹੇ ਲਿਖੇ ਨਿਰਮਤਾ ਵਾਲੇ ਸਭ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਵਾਲੇ ਸਿਮਰਜੀਤ ਸਿੰਘ ਸਿੰਮੀ ਅਖਾੜੇ ਵਿੱਚ ਉਤਰੇ, ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ ਹੈ। ਉਨ੍ਹਾਂ ਵੱਲੋਂ ਸਾਡੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਜੇਕਰ ਇਹ ਪੰਚਾਇਤੀ ਚੋਣਾਂ ਵਿੱਚ ਮੈਂ ਸਰਪੰਚ ਬਣ ਗਿਆ ਤਾਂ ਮੈਂ ਪਹਿਲ ਦੇ ਆਧਾਰ ਤੇ ਸਾਰੇ ਵਿਕਾਸ ਦੇ ਕੰਮ ਕਰਾਵਾਂਗਾ। ਬੱਚਿਆਂ ਦੇ ਲਈ ਖੇਡਣ ਲਈ ਵਧੀਆ ਪਾਰਕ, ਪਿੰਡ ਵਿੱਚ ਗੰਦਗੀ ਦੀ ਸਫਾਈ ਤੇ ਪਿੰਡ ਨੂੰ ਪਹਿਲ ਦੇ ਆਧਾਰ ਤੇ ਸਾਰੀਆਂ ਸਹੂਲਤਾਂ ਲਾਗੂ ਕਰਾਵਾਂਗਾ। ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੇ ਸਭ ਨੂੰ ਨਾਲ ਲੈ ਕੇ ਤੁਰਾਂਗੇ ਤੇ ਪਿੰਡ ਦਾ ਵਿਕਾਸ ਕਰਾਂਗੇ। ਮੇਰਾ ਨਾਮ ਸਿਮਰਜੀਤ ਸਿੰਘ ਹੈ ਜੀ। ਹਾਂ ਸਿਮਰਜੀਤ ਜੀ, ਤੁਸੀਂ ਸਰਪੰਚੀ ਇਲੈਕਸ਼ਨ ਲੜ ਰਹੇ ਹੋ, ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਮੈਂ ਸਾਰਿਆਂ ਨੂੰ ਜੀ ਗੁਰੂ ਮਹਾਰਾਜ ਵੱਲੋਂ ਬਖਸ਼ੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਾਈ ਜੀ ਜੋ ਚੋਣ ਲੜ ਰਹੇ ਹਾਂ, ਪਾਰਟੀ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਲੜ ਰਹੇ ਹਾਂ, ਨਗਰ ਲਈ ਚੋਣ ਲੜ ਰਹੇ ਹਾਂ, ਨਾ ਕਿ ਕਿਸੇ ਪਾਰਟੀ ਲਈ। ਅਸੀਂ ਨਗਰ ਦਾ ਵਿਕਾਸ ਕਰਨਾ ਚਾਹੁੰਦੇ ਹਾਂ ਤੇ ਨਾਲ ਸਾਰੇ ਭਰਾਵਾਂ ਨੂੰ ਅਸੀਂ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ। ਸਾਰੇ ਪੁਰਾਣੇ ਸਰਪੰਚ ਮੈਂਬਰ ਕਲੱਬ ਜੋ ਵੀ ਧਰਮ ਹੈ, ਸਾਰੇ ਧਰਮਾਂ ਦਾ ਸਤਿਕਾਰ ਹੈ ਜੀ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਵਿਕਾਸ ਦੀ ਗੱਲ ਕਰੀ, ਕਿਹੜੇ ਕਿਹੜੇ ਵਿਕਾਸ ਨੇ ਜਿਸਦੇ ਮੋਟਿਵ ਤੇ ਤੁਸੀਂ ਸਰਪੰਚੀ ਇਲੈਕਸ਼ਨ ਕਰੋ? ਵਿਕਾਸ ਨੇ ਜੀ ਕਹਿਣ ਦਾ ਭਾਵ ਜਿਵੇਂ ਸੱਪੜਾਂ ਦੀ ਸਫਾਈ ਹੋ ਗਈ ਸਾਡੀ ਜੀ, ਠੀਕ ਹੈ, ਪਾਰਕ ਹੋ ਗਏ ਜੀ, ਗਰਾਊਂਡ ਹੋ ਗਏ, ਗਰਾਊਂਡਾਂ ਦੇ ਉਹ ਹਜੇ ਕੰਮ ਅਧੂਰੇ ਪਏ ਨੇ, ਉਹ ਕੰਮ ਕਰਨ ਵਾਲੇ ਰਹਿੰਦੇ ਆ ਜੀ। ਸ਼ਮਸ਼ਾਨ ਘਾਟ ਦੇ ਵਿੱਚ ਜੋ ਸਾਡੇ ਪਹਿਲਾਂ ਵੀ ਸਾਡੇ ਕਲੱਬ ਵੱਲੋਂ ਪਿਆ ਜੀ, ਸ਼ਮਸ਼ਾਨ ਘਾਟ ਟਰੱਸਟ ਵੱਲੋਂ ਪਿਆ, ਕਲੱਬਾਂ ਵੱਲੋਂ ਪਿਆ ਜੀ, ਉਹ ਬਾਕੀ ਜੋ ਕੰਮ ਰਹਿੰਦਾ ਉਹ ਵੀ ਕਰਾਇਆ ਜਾਊਗਾ ਜੀ, ਜੋ ਨਹਿਰੀ ਖਾਲ ਰਹਿੰਦਾ ਬਾਕੀ ਉਹ ਵੀ ਕਰਾਇਆ ਜਾਊਗਾ ਜੀ। ਹਾਂਜੀ, ਜੇ ਆਪਾਂ ਪਿਛਲੀ ਸਰਪੰਚੀ ਗੱਲ ਕਰੀਏ ਤਾਂ ਉਸ ਸਰਪੰਚੀ ਦੌਰਾਨ ਕਿਹੜੇ ਕਿਹੜੇ ਵਿਕਾਸ ਹੋਏ ਨੇ, ਜਿਹੜੇ ਹਾਲੇ ਵੀ ਅਧੂਰੇ ਰਹਿ ਗਏ ਜੀ? ਕੰਮ ਤਾਂ ਸਾਰੇ ਅਧੂਰੇ ਪੈਣੇ ਜੀ, ਜੋ ਸਰਪੰਚ ਸਾਡਾ ਸਿਰਫ ਇਕੱਲੇ ਗਲੀਆਂ ਨਾਲੀਆਂ 'ਚ ਇਕੱਲਾ ਮੁੱਦਾ ਨਹੀਂ ਮੇਨ ਜੀ, ਸਭ ਤੋਂ ਵੱਡੇ ਮੇਨ ਮੁੱਦੇ ਨੇ ਜੋ ਉਹ ਹਾਈ ਲੈਵਲ 'ਤੇ ਨੇ ਜੀ। ਸਾਡੇ ਇੱਕ ਜੋ ਆਪਣਾ ਰੋਡ ਬਣਿਆ ਜੀ, ਉਹਦੇ ਵਿੱਚ ਜੋ ਚੁੰਗੀ ਤੋਂ ਸਾਡੇ ਸੜਕ ਬਣਨੀ ਚਾਹੀਦੀ ਸੀ ਉਹ ਨਹੀਂ ਬਣੀ, ਤਾਂ ਕਿ ਸਾਡੇ ਜਿਹੜੇ ਨੁਕਸਾਨ ਕਈ ਪਰਿਵਾਰਾਂ ਦੇ ਹਾਸੇ ਹੋਏ ਨੇ ਜੀ, ਉੱਥੇ ਜਾਨਾਂ ਵੀ ਗਈਆਂ ਜੀ। ਇਹ ਚੀਜ਼ਾਂ ਉੱਪਰ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਦੇਖਣ ਵਾਲੀਆਂ ਨੇ ਜੀ। ਹਾਂਜੀ, ਆਪਾਂ ਨੌਜਵਾਨਾਂ ਦੀ ਗੱਲ ਕਰੀਏ, ਨੌਜਵਾਨਾਂ ਲਈ ਤੁਸੀਂ ਕੀ ਸੋਚਿਆ? ਨੌਜਵਾਨਾਂ ਲਈ ਸਰ ਜੋ ਆਪਣੇ ਗੇਮਾਂ ਲਈ ਕੋਚ ਮੁਹੱਈਆ ਕਰਵਾਏ ਜਾਣਗੇ ਜੀ, ਉਹਨਾਂ ਲਈ ਗਰਾਊਂਡਾਂ ਵਿੱਚ ਪ੍ਰਬੰਧ ਕਰਿਆ ਜਾਊਗਾ, ਉਹਨਾਂ ਨੂੰ ਨਾਲ ਲੈ ਕੇ ਜੋ ਦਰਖਤ ਨੇ ਆਪਣੇ ਸੜਕਾਂ ਦੇ ਉੱਤੇ ਆਸੇ ਪਾਸੇ ਲੱਗਣੇ ਜੀ, ਉਹ ਵੀ ਲਵਾਏ ਜਾਣਗੇ ਜੀ। ਹਾਂਜੀ ਹਾਂਜੀ, ਜੇ ਤੁਸੀਂ ਸਰਪੰਚ ਬਣ ਜਾਂਦੇ ਹੋ ਕਿਤੇ ਹੋਰ ਨਾ ਹੋਵੇ, ਪਹਿਲੇ ਵਾਲੇ ਸਰਪੰਚ ਆਪਾਂ ਜਾਂ ਹੋਰ ਆਪਾਂ ਤੁਸੀਂ ਵੀ ਕਿਤੇ ਘਰ ਬਹਿ ਜਾਓ? ਨਹੀਂ ਨਹੀਂ, ਬਿਲਕੁਲ ਨਹੀਂ ਜੀ, ਅਸੀਂ ਪੈਰ ਜੁੱਤੀ ਨਾ ਪਾਉਣ ਵਾਲੀ ਗੱਲ ਹੀ ਹੈ ਜੀ, ਕਿਸੇ ਪਾਰਟੀ ਕੋਲ ਸਾਨੂੰ ਜਾਣਾ ਪਿਆ, ਹਰ ਕੋਲ ਜਾਵਾਂਗੇ ਜੀ, ਪਿੰਡ ਲਈ ਇੱਕ ਤਰ੍ਹਾਂ ਦੇ, ਜਿਵੇਂ ਅਸੀਂ ਕਿਸੇ ਕੋਲ ਵੀ ਜਾਣਾ ਭਖਾਰੀ ਬਣ ਕੇ ਪਿੰਡ ਲਈ ਜਾਵਾਂਗੇ ਜੀ। ਹਾਂਜੀ ਹਾਂ, ਨਸ਼ਿਆਂ ਦਾ ਬਹੁਤ ਦੌਰ ਚੱਲ ਰਿਹਾ ਅੱਜ ਕੱਲ੍ਹ, ਤੁਹਾਨੂੰ ਪਤਾ ਜੀ, ਉਹਨਾਂ ਦੀ ਕੀ ਤੁਹਾਡਾ ਮੰਨਦੇ? ਨਸ਼ਿਆਂ ਲਈ ਦੇਖੋ ਜੀ, ਚਾਹੇ ਕੋਈ ਸਾਡਾ ਆਪਦਾ ਹੋਵੇ, ਜੋ ਮੈਡੀਕਲ ਨਸ਼ਾ ਕਿਸੇ ਨੂੰ ਬਖਸ਼ ਨਹੀਂ ਜਾਊਗਾ ਜੀ। ਹਾਂਜੀ ਸਰ, ਮੇਰਾ ਨਾਮ ਰਾਜਵਿੰਦਰ ਸਿੰਘ ਹੈ ਜੀ। ਸਾਰਿਆਂ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਰਥਨ ਇਹਨਾਂ ਨੂੰ ਇਸ ਕਰਕੇ ਦਿੱਤਾ ਜੀ, ਇੱਕ ਤਾਂ ਗੁਰਸਿੱਖ ਪਰਿਵਾਰ ਹੈਗਾ, ਬਾਕੀ ਨਾ ਕੋਈ ਅਹੁਦਾ ਹੁੰਦੇ ਹੋਏ ਵੀ ਪਹਿਲਾਂ ਵੀ ਪਿੰਡ ਦੇ ਭਲਾਈ ਲਈ ਜੀ ਨਾਲ ਖੜਦਾ ਰਿਹਾ ਸਾਰੇ ਪਰਿਵਾਰਾਂ ਦੇ ਨਾਲ ਜੀ। ਜਿੱਦਾਂ ਜੂਠ ਹੋ ਜਾਵੇ ਲਗਭਗ ਜਿੱਤ ਪੱਕੀ ਹੁੰਦੀ ਹੈ। ਹਾਂਜੀ ਬਿਲਕੁਲ, ਕੀ ਕਹਿਣਾ ਚਾਹੋਗੇ? ਕਿੰਨੀ ਕੁ ਵੋਟ ਦਾ ਅਨੁਮਾਨ ਹੈ? ਸਾਡੇ ਲਈ ਤਾਂ ਜੀ ਬਹੁਤ ਵੱਡੇ ਬਹੁਮਤ ਦੇ ਜਿੱਤਾਂ। ਕੋਈ ਟਾਰਗੇਟ ਹੁੰਦਾ ਨਵੇਂ ਸਰਪੰਚ ਤੋਂ, ਕੋਈ ਮਾਣ ਹੁੰਦਾ ਕੋਈ ਪਿੰਡ ਦਾ ਵਿਕਾਸ ਲਈ, ਕਿ ਤੁਹਾਡੇ ਮਨ ਦੇ ਕੋਈ ਜਹਿਨ ਦੇ ਵਿੱਚ ਕੁਝ ਚੱਲ ਰਿਹਾ? ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਜੀ ਇਹਨਾਂ ਨੂੰ ਬਾਈ ਹੋਈ ਜੀ, ਉਹਨਾਂ ਨੂੰ ਅਸੀਂ ਪਹਿਲਾਂ ਵੀ ਕਿਹਾ ਵੀ ਆਪਾਂ ਸਭ ਤੋਂ ਪਹਿਲਾਂ ਨਸ਼ੇ ਦਾ ਮੁੱਦਾ ਚੁੱਕਣਾ। ਨਸ਼ੇ ਦਾ, ਤੁਸੀਂ ਨਸ਼ੇ ਦੀ ਗੱਲ ਕੀਤੀ ਹੈ, ਨਸ਼ਾ ਕਿੰਨੇ ਕੁ ਪਿੰਡ ਦੇ ਵਿੱਚ? ਦਈਆ ਜੀ ਤਕਰੀਬਨ, ਹਨਾ ਬਹੁਤ ਮੁੰਡਿਆਂ ਦੀ ਪਹਿਲਾਂ ਡੱਖਾਂ ਵੀ ਹੋ ਚੁੱਕੀਆਂ। ਹਾਂਜੀ, ਸਪੋਰਟਸ ਵਾਇਨ ਜੇ ਆਪਾਂ ਸਪੋਰਟਸ ਦੀ ਗੱਲ ਕਰੀਏ, ਕੋਈ ਗਰਾਊਂਡ ਵਗੈਰਾ, ਕੋਈ ਗਰਾਊਂਡ ਵਗੈਰਾ ਬਣੇ ਵੀ ਹੋਇਆ ਜੀ, ਹੋਰ ਵੀ ਬਾਈ ਨੂੰ ਕਹਿ ਕੇ ਪਹਿਲ ਦੇ ਆਧਾਰ ਤੇ ਜਮ ਵਗੈਰਾ ਦਾ ਕਹਾਂਗੇ ਜੀ। ਹਾਂਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਬਿੰਦਰ ਸਿੰਘ ਬਾਜਵਾ ਜੀ, ਦੱਸੋ ਸਿੰਘ ਚੋਣ ਲੜ ਰਹੇ ਤੁਹਾਡੇ ਪਿੰਡ ਵਿੱਚੋਂ, ਤੁਸੀਂ ਨੇ ਹਮਾਇਤ ਤੋਂ ਸਮਰਥਨ ਦੇ ਰਹੇ ਹੋ, ਘਰ ਘਰ ਜਾ ਕੇ ਵੋਟਾਂ ਮੰਗ ਦੀ ਮੰਗ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਕਹਿਣਾ ਤਾਂ ਜੀ ਸਾਡਾ ਪਰਿਵਾਰਕ ਮੈਂਬਰ ਹੈ ਇਹ, ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਬਿਲੋਂਗ ਕਰਦਾ ਜੀ, ਸਾਡਾ ਸਾਰੀ ਪਾਰਟੀ ਦਾ ਜੀ ਇਹਨੂੰ ਸਹਿਯੋਗ ਆ, ਸਿਰ ਤੇ ਹੱਥ ਹੈ, ਅਸੀਂ ਆਪਦਾ ਫੈਸਲਾ ਰੱਖਿਆ ਤੇ ਜੋ ਚੋਣਾਂ 'ਚ ਮੈਂ ਵੀ ਹੱਕਦਾਰ ਪਹਿਲਾਂ ਸੀ, ਚਲੋ ਮੇਰੀ ਨੇ ਕਹਿੰਦਾ ਮੇਰਾ ਭਰਾ ਗਾ, ਮੈਂ ਵੀ ਚੋਣ ਲੜਨੀ ਸੀ, ਇਹ ਮੇਰਾ ਭਰਾ ਗਾ, ਮੈਨੂੰ ਮੌਕਾ ਦੇ, ਮੈਂ ਦੇਖ ਚੋਣ ਲੜਨੀ ਹੈ। ਚਲੋ ਸਾਰੇ ਨਗਰ ਦੇ ਮੇਰੇ ਘਰ 200 ਬੰਦੇ ਦਾ ਇਕੱਠ ਸੀ, ਸਾਰੇ ਸੰਗਤ ਦੀ ਸਹਿਯੋਗ ਨਾਲ ਇਹਨੂੰ ਮੈਂ ਚੋਣ ਲੜਨ ਦਾ ਮੌਕਾ ਦਿੱਤਾ ਗਾ। ਇਸ ਤੋਂ ਬਾਅਦ ਜੋ ਵੀ ਸਾਰੀਆਂ ਸਰਕਾਰਾਂ ਨੇ, ਕਾਂਗਰਸ ਸਰਕਾਰ ਹੋ ਗਈ ਤੇ ਸਿਮਰਜੀਤ ਸਿੰਘ ਮਾਨ ਦੀ ਸਰਕਾਰ ਹੋ ਗਈ, ਅਕਾਲੀ ਦਲ ਤਾਂ ਤੁਹਾਨੂੰ ਮੈਂ ਦੱਸ ਹੀ ਰਿਹਾ, ਮੈਂ ਖੁਦ ਹੈ, ਆ ਪ੍ਰਧਾਨ ਜੀ ਖੜੇ ਨੇ ਸਾਡੇ, ਬਹੁਜਨ ਸਮਾਜ ਪਾਰਟੀ ਜਿਹੜੀਆਂ ਪਾਰਟੀਆਂ ਨੇ ਸਾਰੀਆਂ ਨੇ ਇਹਦੇ ਨਾਲ ਆ। ਸਿਮਰਜੀਤ ਸਿੰਘ ਗੁਰਸਿੱਖ ਬੰਦਾ ਹੈ, ਕੋਈ ਨਸ਼ੇ ਪੱਤੇ ਤੋਂ ਰਹਿਤ ਹੈ, ਵੱਧ ਚੜ ਕੇ ਇਹਨੇ ਕੰਮ ਕਰਨਾ ਗਾ ਪਿੰਡ ਲਈ। ਜਿਹੜਾ ਤੁਸੀਂ ਸਮਰਥਨ ਦੇ ਰਹੇ ਹੋ, ਤੁਸੀਂ ਕੀ ਮਨ ਦੇ ਵਿੱਚ ਵਿਚਾਰ ਦੇ ਬਣਾ ਕੇ ਤੁਸੀਂ ਇਹਨਾਂ ਨੂੰ ਸਮਰਥਨ ਦਿੱਤਾ? ਕੋਈ ਇਹਨਾਂ ਵਿੱਚ ਕੋਈ ਖਾਸੀਅਤ ਦੱਸੋ ਕਿ ਜਿਹੜਾ ਤੁਹਾਨੂੰ ਇਹਨਾਂ ਵੱਲੋਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਵਾਂ ਕਰ
ਨੁਕਸਾਨ ਵਾਲੇ ਗੱਲਾਂ ਹੋ ਰਹੀਆਂ ਟੇਢੀਆਂ। ਬਸ ਇਹ ਪਹਿਲੇ ਆਧਾਰ ਤੇ ਇਹੀ ਆ ਵੀ ਆਪਾਂ ਮੌਕਾ ਇੰਨਾ ਸਕਦਾ ਵੀ ਆਪਾਂ ਰਹਿਤ ਕਰਨਾਗਾ। ਕਿੰਨੀ ਕਿ ਵੋਟ ਨਾਲ ਲਿਖਤ ਦੇ ਨਾਲ ਤੁਹਾਡਾ ਅਨੁਮਾਨ ਹੈ? ਦੇਖੋ ਜੀ ਫਿਲਹਾਲ ਅਸੀਂ ਚਾਹੁੰਦੇ ਹਾਂ ਵੀ 300-400 ਵੋਟ ਤੋਂ ਪਲੱਸ ਅਸੀਂ ਰੀਡ ਕਰਾਂਗੇ। ਹਾਂ।